ਬਜ਼ੁਰਗ ਜੋੜਾ ਇੱਕ ਮੋਟਰ ਵਾਲੇ ਕੋਠੇ ਤੇ ਬਿਤਾ ਰਿਹਾ ਨਰਕ ਭਰੀ ਜ਼ਿੰਦਗੀ। ਕੰਮ ਪ੍ਰੋਗਰਾਮ ਸੀ ਜੀ, ਮੇਰੇ ਸੱਟ ਵੱਜੀ ਤੋਂ ਹਾਲਾਤ ਹੌਲੀ ਹੌਲੀ ਮਾੜੇ ਆਏਗੇ, ਪੈਸਾ ਲੱਗੇਗਾ, ਪੈਸਾ ਸਾਰੀ ਜਾਇਦਾਦ ਵਿਕ ਗਈ, ਘਰ ਵਿਕ ਗਿਆ, ਪੈਸਾ ਕੋਈ ਨਹੀਂ, ਬੱਚਾ ਨਿਆਣਾ ਸੀਗਾ। ਤਪਦੀ ਗਰਮੀ 'ਚ ਨਾ ਕੋਈ ਪੱਖਾ ਨਾ ਰੋਟੀ ਕਮਾਉਣ ਦਾ ਕੋਈ ਸਾਧਨ। ਮੋਟਰ 'ਚ ਬੈਠਾ, ਖੇਤ ਵਾਲੇ ਕੋਠੇ 'ਚ ਬੈਠਾ ਜੀ, ਕੋਈ ਲਾਈਟ ਨਹੀਂ, ਤੱਤਾ ਪਾਣੀ ਪੀਂਦਾ ਮੋਟਰ ਖੇਡਦਾ। ਆਪਣੀ ਪਾਟੀ ਚੁੰਨੀ ਤੇ ਪੱਲੜੇ ਦੇ ਨਾਲ ਔਰਤ ਚੱਲ ਰਹੀ ਹੈ ਬਿਮਾਰ ਪਤੀ ਨੂੰ ਪੱਖੀਆਂ। ਮੇਰੇ ਕੋਲੋਂ ਕੁਛ ਨਹੀਂ ਹੈ ਵੀਰ ਜੀ, ਮੈਂ ਤਾਂ ਅਨਾਥ ਹੋ ਗਈ, ਮੈਂ ਤਾਂ ਬਰਬਾਦ ਹੋ ਗਈ। ਰੱਬ ਦਾ ਭਾਣਾ ਮੰਨੀ ਬੈਠਾ ਬਜ਼ੁਰਗ ਜੋੜਾ ਸ਼ੁਰੂ ਤੋਂ ਅਜਿਹਾ ਨਹੀਂ ਸੀ, ਬਲਕਿ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਦੋਹਾਂ ਦੀ ਪਿੰਡ ਦੇ ਵਿੱਚ ਵੱਖਰੀ ਟੋਰ ਹੁੰਦੀ ਸੀ, ਵੱਖਰੇ ਪਹਿਰਾਵੇ ਹੁੰਦੇ ਸੀ ਤੇ ਹਰ ਕੋਈ ਖਲੋ ਖਲੋ ਕੇ ਵੇਖਦਾ ਸੀ ਕਿ ਇਹਨਾਂ ਵਰਗੀ ਤਾਂ ਕਿਸੇ ਦੀ ਜੋੜੀ ਹੀ ਨਹੀਂ। ਪਰ ਹੁਣ ਹਾਲਾਤਾਂ ਨੇ ਇਸ ਕਦਰ ਮਜਬੂਰ ਕੀਤਾ ਕਿ ਹਫ਼ਤਿਆਂ ਬੱਧੀ ਸੁੱਕੀ ਰੋਟੀ ਖਾਣ ਵਾਸਤੇ ਇਹ ਜੋੜਾ ਮਜਬੂਰ ਹੋ ਗਿਆ। ਇੱਕ ਸੜਕ ਹਾਦਸੇ ਨੇ ਪਰਿਵਾਰ ਦੀ ਆ ਹਾਲਤ ਕਰ ਦਿੱਤੀ ਕਿ ਘਰ ਦੇ ਵਿੱਚ ਨਾ ਤਾਂ ਦੋ ਵਕਤ ਦੀ ਰੋਟੀ ਖਾਣ ਜੋਗਾ ਆਟਾ ਹੈ, ਨਾ ਹੀ ਕਮਾਉਣ ਦਾ ਕੋਈ ਸਾਧਨ ਹੈ। ਸਾਡਾ ਬਹੁਤ ਵਧੀਆ ਕੰਮ ਪ੍ਰੋਗਰਾਮ ਸੀ ਜੀ, ਮੇਰੇ ਸੱਟ ਵੱਜੀ ਤੋਂ ਹਾਲਾਤ ਹੌਲੀ ਹੌਲੀ ਮਾੜੇ ਆਏਗੇ, ਪੈਸਾ ਲੱਗੇਗਾ, ਪੈਸਾ ਸਾਰੀ ਜਾਇਦਾਦ ਵਿਕ ਗਈ, ਘਰ ਵਿਕ ਗਿਆ, ਪੈਸਾ ਕੋਈ ਨਹੀਂ, ਬੱਚਾ ਨਿਆਣਾ ਸੀਗਾ। ਤੇ ਆਹ ਮੈਂ ਦੇਖੋ ਜੀ, ਅਸੀਂ ਬੇਹੀ ਰੋਟੀ ਖਾ ਰਹੇ, ਕੋਈ ਰੋਟੀ ਨਹੀਂ ਖਾਦਾ ਜੀ, ਮੋਟਰ 'ਚ ਬੈਠਾ, ਖੇਤ ਵਾਲੇ ਕੋਠੇ 'ਚ ਬੈਠਾ ਜੀ, ਕੋਈ ਲਾਈਟ ਨਹੀਂ, ਤੱਤਾ ਪਾਣੀ ਪੀਂਦਾ ਮੋਟਰ ਖੇਡਦਾ। ਤੇ ਬੱਚੇ ਕੋਈ ਕਮਾਈ ਨਹੀਂ ਹੈਗੀ, ਬੱਚਾ ਮਾੜਾ ਮਾੜਾ ਪਹਾੜ ਤੋਂ 2 ਰੁਪਏ ਲਿਆਉਂਦਾ, ਉਹ ਹੀ ਮਾੜਾ ਗੁਜ਼ਾਰਾ ਕਰਦੇ ਹਾਂ। ਬਹੁਤ ਔਖਿਆ ਜੀ, ਕੋਈ ਸਹਾਇਤਾ ਕਰੇ ਜੀ, ਮੇਰੀ ਮਦਦ ਕਰੇ। ਚੰਗੇ ਸਮੇਂ ਦਾ ਹੰਕਾਰ ਕਰ, ਹਾਂ ਚੰਗੇ ਸਮੇਂ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਜੀ, ਸਾਡੇ ਬਹੁਤ ਚੰਗਾ ਸਮਾਂ ਸੀਗਾ, ਗੱਡੀਆਂ 'ਚ ਖੇਡਦੇ ਤੇ, ਆ ਜਾ ਬੈਠੇ, ਸਾਈਕਲ ਵੀ ਨਹੀਂ ਹੈਗਾ। ਕੋਈ ਛਾਣ ਨਹੀਂ, ਰਿਸ਼ਤੇਦਾਰਾਂ ਨੇ ਆਪਣਾ ਕਾਰੋਬਾਰ ਵੇਖ ਕੇ ਇਲਾਜ ਕਰਾਇਆ ਜੀ, ਕੋਈ ਕਿਸੇ ਦਾ ਨਹੀਂ ਵੀਰ ਜੀ ਦੁਨੀਆ ਨੇ। ਠੀਕ ਹੈ, ਤੇ ਬਾਪੂ ਜੀ ਹੁਣ ਕੀ ਤੁਸੀਂ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਸਾਡੇ ਮਾਧਿਅਮ ਨਾਲ? ਸਾਡੀ ਸਹਾਇਤਾ ਕਰੇ ਜੀ, ਦਰਸ਼ਕਾਂ ਇਹ ਕਹਿੰਦੇ ਵੀ ਸਹਾਇਤਾ ਕਰੇ, ਸਾਡੇ ਘਰ ਬਾਰ ਕੁਛ ਨਹੀਂ ਹੈਗਾ ਸਾਡੇ ਕੋਲ, ਇੰਨੀ ਤਪਦੀ ਗਰਮੀ ਪੈ ਰਹੀ ਹੈ ਬਾਹਰ 45 ਡਿਗਰੀ ਟੈਂਪਰੇਚਰ, ਕੀ ਕਰੀਏ, ਪੱਖਾ ਵੀ ਨਹੀਂ ਹੈਗਾ ਮੋਟਰ ਵਾਲੇ ਕੋਠੇ ਦੇ ਤੁਹਾਡੇ, ਟਾਈਮ ਤਾਂ ਕੱਢਣੀ ਹੈ, ਕੀ ਕਰੀਏ, ਲੋਕ ਏਸੀਆਂ 'ਚ ਪੈਂਦੇ ਨੇ, ਇੱਥੇ ਆ ਬੈਠੇ ਹਾਂ, ਇਹਦਾ 40 ਤੋਂ 45 ਤੋਂ 50 ਹੋਇਆ ਖੜਾ ਰਹਿੰਦਾ ਤਾਂ ਵੀ ਗਰਮਾਇਸ਼। ਬਾਪੂ ਪਿੰਡ ਵੀ ਦੱਸ ਦਿਓ, ਕਿਹੜਾ ਪਿੰਡ ਹੈ? ਹਮੀਰਗੜ੍ਹ ਹੈ ਵੀ, ਮਾਨਸਾ ਜ਼ਿਲ੍ਹਾ ਹਮੀਰਗੜ੍ਹ ਹੈ ਵੀ, ਤਹਿਸੀਲ ਭੀਖੀ। ਦਵਾਈ ਬੂਟੀ ਪੈਸਾ ਨਹੀਂ ਹੈਗਾ, ਦਵਾਈ ਕਿੱਥੋਂ ਲਈ ਬੈਠਿਆ, ਹਾਂ ਜੀ ਸੁੱਜ ਰਿਹਾ, ਤੁਰਿਆ ਨਹੀਂ ਜਾਂਦਾ ਜੀ, ਪੈਸਾ ਹੈ ਨਹੀਂਗਾ ਜੀ, ਨਹੀਂ ਕਮਾਉਂਦੇ ਜੀ, ਬੱਚੇ ਜੀ ਮਾੜਾ ਮੋਟਾ 2 ਰੁਪਏ ਪਾਠ ਪੂਠ ਤੋਂ ਲਿਆਉਂਦਾ ਹੈਗਾ, ਉਹ ਗੁਜ਼ਾਰਾ ਹੁੰਦਾ ਨਹੀਂ, ਹੋਰ ਪਾਠ ਪਾਠ ਤਾਂ ਰੋਜ਼ ਹੀ ਆਉਂਦੇ, ਪਾਠ ਤਾਂ ਆਉਂਦੇ, 6-7 ਦਿਨਾਂ ਦੀ ਰੋਟੀਆਂ ਨੇ ਜੀ, ਬੇਹੀ ਰੋਟੀ ਹੀ ਖਾਂਦੇ ਜੀ। ਹਾਂ ਬੇਬੇ, ਕੀ ਨਾਮ ਹੈ ਤੁਹਾਡਾ? ਮਲਕੀਤ ਕੌਰ। ਬੇਬੇ ਕੀ ਅੱਜ ਹਾਲਾਤ ਬਣੇ ਨੇ, ਜਿਹੜਾ ਇੱਕ ਕਿਸੇ ਦੇ ਮੋਟਰ ਵਾਲੇ ਕੋਠੇ 'ਤੇ ਤੁਸੀਂ ਰਹਿ ਰਹੇ ਹੋ, ਇੰਨੇ ਹਾਲਾਤ ਮਾੜੇ ਕਿਵੇਂ ਹੋਏ? ਬਸ ਵੀਰੇ ਕੀ ਕਹੀਏ, ਸਾਨੂੰ ਕੀ ਪਤਾ ਸੀ ਵੀਰੇ ਸਾਡੇ ਨਾਲ ਇਹੀ ਜਿਹੀ 'ਚ ਹਾਲਾਤ ਆ ਜੂਗਾ। ਬਸ ਜਦੋਂ ਮੇਰੇ ਬੰਦੇ ਐਕਸੀਡੈਂਟ ਹੋਏ ਨੇ, ਬਸ ਉਹਦੇ 'ਚ ਵੀਰੇ ਮੇਰਾ ਸਾਰਾ ਕੁਝ ਵਿਕਰੀ ਹੋ ਗਿਆ, ਸਾਰਾ ਵਿਕਰੀ ਹੋ ਗਿਆ, ਘਰ ਬਾੜੀ ਵੀ ਕੁਛ ਵੀ ਨਹੀਂ ਰਿਹਾ ਵੀਰੇ, ਕਮਾਉਣ ਜ਼ਕੂਰ ਵੀ ਨਹੀਂ ਰਿਹਾ। ਬਸ ਵੀਰੇ ਇਹਦੀ ਲਾਤ ਲੈ ਕੇ ਨਾ ਮੈਂ ਕਿਸੇ ਪਾਸੇ ਵੀ ਜਾ ਸਕਦੀ ਹੈ ਕਿ ਜੇ ਕੰਮ ਕਰਕੇ ਖਵਾਵਾਂ, ਫਿਰ ਇਹਨੂੰ ਕੌਣ ਦੇਖੂਗਾ ਵੀਰ ਜੀ? ਬਸ ਆਈ ਵੀਰੇ ਤਾਂ ਮੈਂ ਸੁੱਕੀ ਰੋਟੀ ਖਾ ਹੀ ਜਾਂਦੀ ਹਾਂ, ਕੋਈ ਕੋਈ ਗਮਾਣ ਦੇ ਕੇ ਜਾਂਦਾ,
ਫਿਰ ਇੱਕ ਇੱਕ ਹਫ਼ਤਾ ਕਾ ਦੋ ਦੋ ਹਫ਼ਤਾ ਕਾ ਰੋਟੀ ਖਾਂਦੀ ਵੀਰੇ, ਮੈਂ ਕੀ ਕਰਾਂ, ਮਜਬੂਰ ਬੈਠੀ ਹਾਂ ਲਾਤ ਲੈ ਕੇ। ਸਾਡੇ ਕੋਲ ਕੁਛ ਨਹੀਂ ਹੈ ਵੀਰੇ, ਨਾ ਜਗ੍ਹਾ ਨਾ ਜ਼ਮੀਨ, ਜਿਹੜੇ ਥੀ ਇਹਦੇ 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 'ਚ ਲੱਗ ਗਿਆ, ਇਹਦੇ ਉੱਤੇ ਲੱਗ ਗਿਆ, ਅਜੇ ਵੀ ਇਹਦੇ ਗੋਡਾ ਲੋਟ ਨਹੀਂ ਹੋਇਆ, ਲਾਤ ਲੋਟ ਨਹੀਂ ਹੋਈ ਵੀਰੇ, ਮੈਂ ਕੀ ਕਰਾਂ, ਮੈਂ ਬਹੁਤ ਮਜਬੂਰ ਹਾਂ, ਮੈਂ ਕਿਸੇ ਦੇ ਕੋਠੇ 'ਚ ਬੈਠਾ ਹੈਗਾ ਖੇਤਾਂ 'ਚ, ਇੱਥੇ ਪੱਖਾ ਵੀ ਨਹੀਂ ਹੈਗਾ, ਇੰਨੀ ਗਰਮੀ, ਹਾਂ ਬਾਹਰ ਪੱਖਾ ਵੀ ਨਹੀਂ ਹੈਗਾ, ਨਾ ਕੋਈ ਬਿਜਲੀ ਨਹੀਂ ਹੈਗਾ, ਹਨੇਰੇ 'ਚ ਰਹਿੰਦੀ ਹੈ, ਰਾਤ ਨੂੰ ਦਿਨੇ ਤੋਂ ਕੱਟ ਜਾਂਦੀ ਹੈ, ਔਖਾ ਸੌਖਾ ਰਾਤ ਨੂੰ ਔਖਾ ਹੋ ਜਾਂਦੀ ਵੀਰੇ, ਮੱਛਰ ਅਤੇ ਪੱਖਾ ਵੀ ਨਹੀਂ ਹੈਗੀ ਜਮੀ, ਫਿਰ ਮੈਂ ਖੇਤਾਂ 'ਚ ਬੈਠੀ ਵੀਰੇ, ਕੀ ਕਰਾਂ, ਮੇਰਾ ਕਮਾਉਣ ਵਾਲਾ ਲਾਤ ਲੈ ਕੇ ਬੈਠ ਗਿਆ, ਮੈਂ ਬਹੁਤ ਮਜਬੂਰ ਹਾਂ, ਮੇਰੇ ਕੋਈ ਸਹਾਇਤਾ ਕਰੋ ਤੁਸੀਂ।